ਦੋਸਤੋ, ਮੈਂ ਗੁਰਨੈਬ ਸਾਹਿਬ ਜਿੰਦਿਓਣ, ਤੁਸੀਂ ਦੇਖ ਰਹੇ ਹੋ ਡੀ ਨਿਊਜ਼ ਪੰਜਾਬ। ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਸੋ ਅੱਜ ਅਸੀਂ ਪਹੁੰਚੇ ਹਾਂ ਬਠਿੰਡਾ ਦੇ ਪਿੰਡ ਬੱਲੂਆਣਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ। ਇਸ ਸਕੂਲ ਦੇ 12ਵੀਂ ਜਮਾਤ ਦੇ ਵਿਦਿਆਰਥੀ ਕਮਲਪ੍ਰੀਤ ਨੇ ਵਾਕੋ ਇੰਡੀਆ ਫੈਡਰੇਸ਼ਨ ਕੱਪ 2019 ਤੋਂ ਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨ 'ਚ ਗੋਲਡ ਮੈਡਲ ਅਤੇ ਸਿਲਵਰ ਮੈਡਲ ਜਿੱਤ ਕੇ ਪਿੰਡ ਦਾ ਨਾਂ ਰੌਸ਼ਨ ਕੀਤਾ। ਅੱਜ ਅਸੀਂ ਉਸ ਸਕੂਲ ਵਿੱਚ ਆਏ ਹਾਂ ਜਿੱਥੇ ਕਮਲਪ੍ਰੀਤ ਨੇ ਪੜ੍ਹਾਈ ਕੀਤੀ ਹੈ ਅਤੇ ਪੜ੍ਹਾਈ ਕਰ ਵੀ ਰਹੇ ਆ। ਸੋ ਦੇਹਰਾਦੂਨ ਜਾ ਕੇ ਉਹਨਾਂ ਨੇ ਇਹ ਜਿਹੜਾ ਇਹ ਕੱਪ 'ਚ ਭਾਗ ਲਿਆ ਸੀ ਅਤੇ ਉਹਨੇ ਆਪਣੇ ਪਿੰਡ ਆਪਣੇ ਮਾਪਿਆਂ ਦਾ ਨਾਂ ਹੀ ਨਹੀਂ, ਉਹਨੇ ਆਪਣੇ ਜ਼ਿਲ੍ਹੇ ਅਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਸੋ ਗੱਲ ਕਰਦੇ ਹਾਂ ਕਮਲਪ੍ਰੀਤ ਦੇ ਅਧਿਆਪਕਾਂ ਨਾਲ ਅਤੇ ਪਿੰਡ ਵਾਸੀ ਨਾਲ। ਗੱਲ ਕਰ ਰਹੇ ਹਾਂ ਕਮਲਪ੍ਰੀਤ ਸਿੰਘ ਦੇ ਪਿਤਾ ਜੀ ਨਾਲ, ਗੁਰਪ੍ਰੀਤ ਸਿੰਘ ਜੀ ਨਾਲ। ਗੁਰਪ੍ਰੀਤ ਜੀ, ਤੁਹਾਡਾ ਬੱਚਾ ਨੈਸ਼ਨਲ ਪੱਧਰ 'ਤੇ ਖੇਡ ਕੇ ਗੋਲਡ ਮੈਡਲ ਸਿਲਵਰ ਮੈਡਲ ਲੈ ਕੇ ਆਇਆ, ਅਤੇ ਕੀ ਕਹਿਣਾ ਚਾਹੋਗੇ ਇਸ ਬਾਰੇ? ਮੈਂ ਪਹਿਲਾਂ ਸਭ ਤੋਂ ਪਹਿਲਾਂ ਸਮੂਹ ਸਟਾਫ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਬੱਚੇ ਨੂੰ ਮਤਲਬ ਕਿ ਪ੍ਰੇਰਿਤ ਕੀਤਾ ਜਾਂ ਜਿਨ੍ਹਾਂ ਨੇ ਸਹਿਯੋਗ ਦਿੱਤਾ ਮੇਰੇ ਬੱਚੇ ਦਾ ਇੱਥੋਂ ਤੱਕ ਪਹੁੰਚਣ ਵਾਸਤੇ। ਕੁਛ ਬੱਚੇ ਵੀ ਆ, ਮੇਰੇ ਬੱਚੇ ਨੇ ਕੋਈ ਟ੍ਰੇਨਿੰਗ ਆਪਣੇ ਸਕੂਲ ਦੇ ਵਿੱਚ, ਇਹ ਗੇਮ ਹੈ ਨਹੀਂ ਗੀ ਪਿੰਡਾਂ ਦੇ ਵਿੱਚ, ਖਾਸ ਕਰਕੇ ਕਿੱਕ ਬੋਕਸਿੰਗ ਬੋਕਸਿੰਗ ਜਾਂ ਬੂ ਸ਼ੂ, ਇਹ ਗੇਮਾਂ ਪਿੰਡਾਂ ਵਿੱਚ ਨਹੀਂ ਖਿਡਾਈਆਂ ਜਾਂਦੀਆਂ। ਕਿੱਥੋਂ ਸਿਖਲਾਈ, ਕਿੱਥੋਂ ਲਈ ਬੱਚੇ ਦੇ ਸਿੱਖਿਆ ਕਿੱਥੋਂ ਕਰੇ? ਇਹ ਗੁਰੂ ਗੋਬਿੰਦ ਸਿੰਘ ਦੇ ਵਿੱਚ ਪੀਟੀ ਆ ਗੁਰਮੀਤ ਸਿੰਘ ਜੀ, ਉਹਨਾਂ ਨੇ ਜਦੋਂ ਮੇਰੇ ਬੱਚੇ ਨੂੰ ਪ੍ਰੇਰਿਤ ਕੀਤਾ ਇਸ ਪਾਸੇ ਵੀ ਤੂੰ ਤੇਰਾ ਕੱਦ ਹੈ ਇੰਨਾ ਜਾਂ ਤੂੰ ਇਹ ਗੇਮ ਖੇਡ ਸਕਦਾ, ਤਾਂ ਫਿਰ ਮੈਂ ਬਠਿੰਡੇ ਉਦੋਂ 2-4 ਮਹੀਨੇ ਬੂ ਸ਼ੂ ਦੀ ਕੋਚਿੰਗ ਕਰਾਈ ਅਤੇ ਉਸ ਤੋਂ ਬਾਅਦ ਮਤਲਬ ਪਿੰਡ ਹੀ ਬੱਚੇ ਜਿਹੜੇ ਇਹਦੇ ਕਲਾਸ ਪਹਿਲੂ ਹੈ ਕਮਲਪ੍ਰੀਤ ਸਿੰਘ ਦੇ, ਬਾਸ਼ਦੇਵ ਹੈ ਜਾਂ ਆਪਣਾ ਮੁੰਡਾ ਪੈਟੀ ਹੈ ਲਖਵੀਰ ਹੈ, ਇਹਨਾਂ ਨੇ ਪਿੰਡ ਹੀ ਇਹਦੇ ਨਾਲ ਉਹ ਬੋਕਸਿੰਗ ਖੇਡਣੀ, ਇਹਨਾਂ ਨੂੰ ਸਾਰਾ ਚੀਜ਼ਾਂ ਮੁਹੱਈਆ ਕਰਾ ਦਿੱਤੀਆਂ ਸੀਗੀਆਂ, ਜੋ ਹੱਥਾਂ 'ਤੇ ਚੜ੍ਹਾਉਣ ਵਾਲੇ ਦਸਤਾਨੇ ਵਗੈਰਾ ਜਾਂ ਜੋ ਵੀ ਇਹਦੇ ਵਿੱਚ ਸਮਾਨ ਹੈ, ਅਤੇ ਇਹਦੀ ਸਿਖਲਾਈ ਬਸ ਉਦੋਂ ਬੂ ਸ਼ੂ ਦੀ ਲਈ ਆ। ਉਸ ਤੋਂ ਬਾਅਦ ਤਾਂ ਵੈਸੇ ਪਿੰਡ ਹੀ ਆਪਣੇ ਇਹਦਾ ਸਹੀ ਪ੍ਰਬੰਧ ਨਾ ਹੋਣ ਕਰਕੇ ਕਿ ਗੇਮ ਦਾ ਪਿੰਡਾਂ ਦੇ ਵਿੱਚ ਥੋੜ੍ਹੀ ਜਿਹੀ ਕਮੀ ਪੇਸ਼ੀ ਆਈ ਵੀ ਉਸ ਤਰੀਕੇ ਨਾਲ ਇਹ ਸਿਖਲਾਈ ਨਹੀਂ ਲੈ ਸਕਿਆ। ਸਕੂਲ ਦੇ ਪ੍ਰਿੰਸੀਪਲ ਸ਼ਿਵ ਕੁਮਾਰ ਜੀ ਨਾਲ ਕਮਲਪ੍ਰੀਤ ਦੀ ਐਡੀ ਵੱਡੀ ਜੋ ਜਿੱਤ ਹੋਈ ਹੈ ਨੈਸ਼ਨਲ ਪੱਧਰ 'ਤੇ ਖੇਡ ਕੇ, ਕੀ ਕਹਿਣਾ ਚਾਹੋਗੇ ਕਮਲਪ੍ਰੀਤ ਸਾਹਿਬ? ਮੈਂ ਇਹੀ ਕਹਿ ਸਕਦਾ ਕਿ ਕਿਸੇ ਵੀ ਸਕੂਲ ਦੇ ਮੁਖੀ ਲਈ ਅਤੇ ਸਟਾਫ ਲਈ ਇੱਦੋਂ ਵਧੀਆ ਮਨ ਦੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਜਿਹੜਾ ਦਾ ਬੱਚਾ ਐਸੇ ਲੈਵਲ ਦੇ ਉੱਪਰ
ਇੱਕ ਗੋਲਡ ਮੈਡਲ ਅਤੇ ਸਿਲਵਰ ਮੈਡਲ ਲੈ ਕੇ ਆਇਆ ਹੈ। ਸਰ ਜਿਵੇਂ ਇਹ ਗੇਮ ਆ ਕੋਈ ਸਕੂਲਾਂ 'ਚ ਇਹਦੀ ਕੋਈ ਸਿਖਲਾਈ ਹੈ ਨਹੀਂ ਪ੍ਰੋਪਰ, ਅਤੇ ਇਹ ਬੱਚਾ ਇੱਕ ਬਿਨਾਂ ਸਿਖਲਾਈ ਤੋਂ ਵੀ ਕੋਈ ਐਡਾ ਵੱਡਾ ਕੋਈ ਨਾਂ ਪੈਦਾ ਕਰਕੇ ਆਇਆ ਸਕੂਲ ਦਾ? ਹਾਂ, ਬਸ ਇਹਦੇ ਲਈ ਮੈਂ ਇਹੀ ਕਹਿ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਪੀ ਟੀ ਸਾਹਿਬ ਨੇ ਜੋ ਸਾਡੇ ਅਧਿਆਪਕ ਨੇ, ਅਸੀਂ ਇਸਦਾ ਹੋਰ ਉਪਰਾਲਾ ਕਰਾਂਗੇ ਵੀ ਗੇਮ ਨੂੰ ਕਿਸ ਤਰ੍ਹਾਂ ਸਕੂਲ ਦੇ ਵਿੱਚ ਚਲਾ ਸਕਦੇ ਹਾਂ, ਜਾਂ ਅਸੀਂ ਉੱਪਰ ਸਾਡੇ ਡਿਪਟੀ ਡੀਓ ਸਾਹਿਬ ਨੇ ਉਹਨਾਂ ਨਾਲ ਬੇਨਤੀ ਕਰਾਂਗੇ ਵੀ ਸਾਨੂੰ ਸਕੂਲ ਦੇ ਵਿੱਚ ਜੋ ਵੀ ਸਮਾਨ ਮੁਹੱਈਆ ਕਰਵਾਇਆ ਜਾ ਸਕਦਾ ਅਤੇ ਉਸ ਤੋਂ ਅੱਗੇ ਸਾਡੇ ਕੋਲ ਇਸ ਟਾਈਮ ਕਬੱਡੀ, ਖੋ ਖੋ, ਐਥਲੈਟਿਕਸ ਦੇ ਉੱਪਰ ਅਸੀਂ ਜ਼ਿਆਦਾ ਜਿਹੜਾ ਹੈਗਾ ਸਾਡੇ ਬੱਚੇ ਮੱਲਾਂ ਮਾਰ ਰਹੇ ਨੇ, ਅਤੇ ਅਸੀਂ ਉਹ ਪੂਰੀ ਕੋਸ਼ਿਸ਼ ਕਰ ਰਹੇ ਹਾਂ ਅੱਗੇ ਜਾ ਕੇ ਹੋਰ ਵੀ ਇਹਦੇ ਵਿੱਚ ਕਰੀਏ। ਸੋ ਗੱਲ ਕਰਦੇ ਹਾਂ ਕਮਲਪ੍ਰੀਤ ਨਾਲ। ਕਮਲਪ੍ਰੀਤ, ਤੁਸੀਂ ਇੱਕ ਜਿਹੜੀ ਗੇਮ ਖੇਡ ਕੇ ਆਏ ਆ ਜਾਂ ਕਿੱਥੇ ਗਏ ਖੇਡ ਕੇ ਕਦੋਂ ਗਏ ਸੀਗੇ, ਅਤੇ ਇਹਦੀ ਤਿਆਰੀ ਜਿਹੜੀ ਤੁਸੀਂ ਕੋਈ ਮਾਹੌਲ ਬਣਿਆ ਜਿਹੜਾ ਤੁਹਾਨੂੰ ਇੱਥੇ ਨੈਸ਼ਨਲ ਪੱਧਰ 'ਤੇ ਖੇਡਣ ਲਈ, ਅਤੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ? ਜੀ, ਮੈਂ ਪਹਿਲਾਂ ਬੋਕਸਿੰਗ ਕਰਦਾ ਹੁੰਦਾ ਸੀ, ਉਦੋਂ ਬਾਅਦ ਮੈਂ ਵੂਸ਼ੂ ਗੇਮ ਲੈ ਲਈ ਸੀ, ਅਤੇ ਵੂਸ਼ੂ ਤੋਂ ਬਾਅਦ ਮੈਂ ਕਿੱਕ ਬੋਕਸਿੰਗ 'ਚ ਆ ਗਿਆ ਸੀ। ਵੂਸ਼ੂ ਵਿੱਚ ਮੈਂ ਸਕੂਲੀ ਵੀ ਖੇਡ ਕੇ ਆਇਆ ਸਟੇਟ ਲੈਵਲ ਤਾਂ ਹੀ, ਬਾਅਦ ਵਿੱਚ ਮੈਂ ਇੱਥੇ ਕਿੱਕ ਬੋਕਸਿੰਗ ਓਪਨ ਆਪਣੇ ਪੱਧਰ 'ਤੇ ਜਾਣੀ ਕਿ ਪ੍ਰਾਈਵੇਟ ਤੌਰ 'ਤੇ ਗਿਆ ਜੀ ਸਰਕਾਰੀ ਗੇਮਾਂ ਵਿੱਚ ਬਾਕੂ ਇੰਡੀਆ, ਅਤੇ ਉਹਦੇ ਵਿੱਚ 17 ਤਰੀਕ ਨੂੰ ਮੈਂ ਦੇਹਰਾਦੂਨ ਗਿਆ ਸੀਗਾ ਜੀ, ਉਹ 20 ਤਰੀਕ ਤਾਂ ਮੈਚ ਸੀਗੇ ਜੀ, ਅਤੇ 20 ਅਸੀਂ ਕੱਲ੍ਹ ਹੀ ਆਏ ਹਾਂ ਵਾਪਸੀ ਇਸ ਟਾਈਮ। ਅਤੇ ਇਹਦੇ 'ਚ ਤੁਹਾਨੂੰ ਸਹਿਯੋਗ ਕੋਈ ਜਿਵੇਂ ਅਧਿਆਪਕਾਂ ਦਾ ਸਹਿਯੋਗ ਜਾਂ ਕੋਈ ਹੋਰ ਪਰਿਵਾਰ ਵੱਲੋਂ ਜਾਂ ਪਿੰਡ ਵੱਲੋਂ ਸਹਿਯੋਗ ਇਹਦੇ ਵੱਲੋਂ? ਅਧਿਆਪਕ ਜੀ, ਇੱਕ ਸਾਡੇ ਕੰਪਿਊਟਰ ਟੀਚਰ ਨੇ ਦਿੱਤਾ ਮੈਮ ਤਰਨਜੀਤ ਸਰ ਆਈ, ਇੱਕ ਸਾਡੇ ਪੀ ਟੀ ਜਸਵਿੰਦਰ ਸਿੰਘ ਜੀ, ਇਹਨਾਂ ਨੇ ਬਹੁਤ ਹੈਲਪ ਕੀਤੀ, ਜਾਣੀ ਕਿ ਸਮੇਂ ਸਮੇਂ 'ਤੇ ਪੁੱਛਦੇ ਰਹੇ ਸਾਰੇ ਤਿੰਨੇ ਟੀਚਰ ਹੀ। ਨਹੀਂ, ਜ਼ਿਆਦਾਤਰ ਗੇਮਾਂ ਅੱਜ ਕੱਲ੍ਹ ਪਿੰਡਾਂ 'ਚ ਗੇਮਾਂ ਕੋਈ ਜਾਂ ਕਬੱਡੀ ਜਾਂ ਕੋਈ ਬੱਚੇ ਕ੍ਰਿਕਟ ਵਾਲੇ ਪਾਸੇ ਜਾ ਵੜਦੇ ਆ, ਅਤੇ ਇਹ ਗੇਮਾਂ ਸਕੂਲ 'ਚ ਹੈ ਵੀ ਨਹੀਂ, ਫਿਰ ਵੀ ਤੁਸੀਂ ਇਹਦੀ ਚੋਣ ਕਿਵੇਂ ਕੀਤੀ? ਅਸਲ ਵਿੱਚ ਇਸ ਸਕੂਲ 'ਚ ਮੈਂ ਇਸ ਸਾਲ ਹੀ ਆਇਆ ਸੀਗਾ ਜੀ, ਪਹਿਲਾਂ ਜਿਹੜਾ ਮੈਂ ਸਕੂਲ ਸੀ ਉੱਥੇ ਆਹ ਗੇਮਾਂ ਸੀਗੀਆਂ ਜੀ, ਅਤੇ ਮੈਂ ਇੱਥੇ ਵੀ ਆਹ ਗੇਮਾਂ ਉਸ ਤਰ੍ਹਾਂ ਹੀ ਜਾਰੀ ਰੱਖੀਆਂ ਜੀ, ਅਤੇ ਫਿਰ ਮੈਂ ਮੱਲਾਂ ਮਾਰੀ। ਤੁਸੀਂ ਇੱਕ ਵੱਲੋਂ ਸਧਾਰਨ ਕਿਸਾਨ ਪਰਿਵਾਰ ਨਾਲ ਸੰਬੰਧਿਤ ਹੋ, ਤੁਹਾਡੇ ਫਾਦਰ ਨੂੰ ਬਹੁਤ ਗੁਰਪ੍ਰੀਤ ਸਿੰਘ ਜਿਹੜਾ ਪਿਤਾ ਜੀ ਉਹ ਕਿਸੇ ਹਾਦਸੇ ਕਾਰਨ ਕਈ ਮਤਲਬ ਮਹੀਨਿਆਂ ਤੋਂ ਮੰਜੇ 'ਚ ਪਏ ਆ, ਫਿਰ ਵੀ ਤੁਸੀਂ ਇਹਦੇ 'ਚ ਮਤਲਬ ਐਡੀ ਵੱਡੀ ਜਿਹੜੀ ਤੁਸੀਂ ਜੇਰਾ ਕੀਤਾ ਜਿਹੜਾ ਜਾ ਕੇ ਉੱਥੇ ਦੇਹਰਾਦੂਨ ਜਾ ਕੇ ਉਹ ਕੀਤਾ, ਅਤੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਪਰਿਵਾਰ ਬਾਰੇ, ਤੁਹਾਡੇ ਪਿਤਾ ਜੀ ਬਾਰੇ ਜਾਂ ਮਾਤਾ ਬਾਰੇ? ਮੇਰੇ ਪਿਤਾ ਜੀ ਨੇ ਮੈਨੂੰ ਬਹੁਤ ਹੌਸਲਾ ਦਿੱਤਾ ਜੀ, ਬਾਕੀ ਸਾਡੇ ਅਧਿਆਪਕ ਜੋ ਤੁਹਾਨੂੰ ਤਾਂ ਟੀਚਰ ਦੱਸਿਆ ਜੀ, ਉਹਨਾਂ ਨੇ ਮੈਨੂੰ ਸਮੇਂ ਸਮੇਂ 'ਤੇ ਹੌਸਲਾ ਦਿੰਦੇ ਰਹੇ, ਉਹਨਾਂ ਕਰਕੇ ਮੈਂ ਗਿਆ ਜੀ। ਭਵਿੱਖ 'ਚ ਕੀ ਕਰਨਾ ਚਾਹੁੰਦੇ ਅੱਗੇ, ਇਸ ਤੋਂ ਬਾਅਦ ਵੀ ਮਤਲਬ ਅੱਗੇ ਕੀ ਸੋਚਿਆ, ਕੋਈ ਸੁਪਨਾ ਕੀ ਹੈ ਤੁਹਾਡਾ? ਮੈਂ ਵੈਸੇ ਤਾਂ ਪੁਲਿਸ ਵਿੱਚ ਜੋਬ ਲੈਣਾ ਚਾਹੁੰਦਾ ਜੀ, ਅਤੇ ਉਸ ਲਈ ਮੈਂ ਲੈਣਾ ਵੀ ਫੈਡਰੇਸ਼ਨ ਵੱਲੋਂ, ਜਾਣੀ ਕਿ ਸਪੋਰਟਸ ਕੋਟੇ ਵਿੱਚ ਲੈਣਾ ਚਾਹੁੰਦਾ ਜੀ, ਅਤੇ ਉਸ ਲਈ ਮੈਂ ਆਪਣਾ ਪੂਰਾ ਜ਼ੋਰ ਲਗਾਵਾਂਗਾ ਜੀ। ਰਣਜੀਤ ਸਿੰਘ ਜੀ, ਤੁਹਾਡੇ ਸਕੂਲ ਦੇ ਹੋਣਹਾਰ ਵਿਦਿਆਰਥੀ ਨੇ ਇੱਕ ਨੈਸ਼ਨਲ ਗੇਮਾਂ ਵਿੱਚ ਨੈਸ਼ਨਲ ਪੱਧਰ 'ਤੇ ਬਾਜੀ ਮਾਰੀ ਆ, ਇਹ ਕੀ ਕਹਿਣਾ ਚਾਹੋਗੇ ਤੁਹਾਡੇ ਵਿਦਿਆਰਥੀ ਬਾਰੇ, ਕਮਲਪ੍ਰੀਤ ਬਾਰੇ? ਅਸੀਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ ਜੀ, ਸਾਡਾ ਬਹੁਤ ਵਧੀਆ ਵਿਦਿਆਰਥੀ ਹੈ ਇਹ, ਸਾਡੇ ਸਕੂਲ ਦੇ ਵਿੱਚ ਵੀ ਬਹੁਤ ਵਧੀਆ ਹਰ ਇੱਕ ਈਵੈਂਟ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਭਾਗ ਲੈਂਦਾ ਹੈ, ਅਤੇ ਹੁਣ ਜਿਹੜਾ ਇਹ ਗੇਮਾਂ ਦੇ ਵਿੱਚ ਜਿੱਤ ਕੇ ਆਇਆ ਬਹੁਤ ਵੱਡੀ ਉਪਲਬਧੀ ਹੈ ਇਸ ਦੀ, ਅਤੇ ਸਾਡੇ ਸਕੂਲ ਦੀ ਵੀ ਬਹੁਤ ਉਪਲਬਧੀ ਹੈ, ਅਤੇ ਆਪਣੇ ਪਿੰਡ ਦਾ ਵੀ ਬਹੁਤ ਨਾਮ ਆਪਣਾ ਰੋਸ਼ਨ ਕੀਤਾ। ਅਨੀਤਾ ਜੀ, ਕਿਵੇਂ ਮੰਨ ਲਓ ਤੁਹਾਡਾ ਬੱਚਾ ਇੱਕ ਐਡਾ ਵੱਡਾ ਮਾਣ ਦਿੱਤਾ ਤੁਹਾਡੇ ਸਕੂਲ ਨੂੰ, ਤੁਹਾਨੂੰ ਕਿ ਤੁਸੀਂ ਕਿੰਨੇ ਖੁਸ਼ੀ ਦਿਖਾਈ ਦੇ ਰਹੇ ਹੋ, ਅਤੇ ਕੀ ਕਹਿਣਾ ਚਾਹੋਗੇ ਕਮਲਪ੍ਰੀਤ ਬਾਰੇ ਜੀ? ਸਰ, ਕਮਲ ਦੀ ਗੱਲ ਕਰੀਏ ਤਾਂ ਕਮਲ ਆਪਣੇ ਆਪ ਦੇ ਵਿੱਚ ਇੱਕ ਚਿੱਕੜ 'ਚ ਜਿਵੇਂ ਕਮਲ ਖੇਡ ਜਾਂਦਾ ਨਾ, ਉਹ ਚੀਜ਼ ਇਹਦੇ ਵਾਸਤੇ ਹੈ, ਕਿਉਂਕਿ ਕਮਲ ਜਿਹੜਾ ਇਹੋ ਜਿਹੇ ਹਾਲਾਤਾਂ 'ਚੋਂ ਬਾਹਰ ਆਇਆ, ਸ਼ਾਇਦ ਕੋਈ ਵੀ ਬੱਚਾ ਜੇ ਹੁੰਦਾ ਤਾਂ ਉਹ ਡੋਲ ਜਾਂਦਾ, ਕਿਉਂਕਿ ਜਿੱਥੇ ਇੱਕ ਪਰਿਵਾਰ ਦਾ ਇੱਕ ਹਾਲਾਤ ਜਿਹੜੇ ਸੀਗੇ ਇਸ ਪੱਧਰ ਦੇ ਉੱਤੇ ਆਏ ਸੀਗੇ ਕਿ ਇਹ ਵਿਚਾਰਾ ਹੋ ਸਕਦਾ ਆਪਣੇ ਫਾਦਰ ਵੱਲ ਇਨਵੋਲਵ ਹੋਵੇ, ਅਤੇ ਸ਼ਾਇਦ ਪਰਸੋਂ ਮੈਨੂੰ ਇਹਨਾਂ ਦੇ ਘਰ ਜਾਣ ਦਾ ਮੌਕਾ ਮਿਲਿਆ ਪਾਠ 'ਤੇ, ਅਤੇ ਉਹਨਾਂ ਨੇ ਪਰਿਵਾਰ ਨੇ ਇੱਕ ਗੱਲ ਕਹੀ ਕਿ ਮੈਂ ਆਪਣੇ ਆਪ ਹੀ ਖੜਾ ਹੋ ਜੂੰਗਾ ਜਦੋਂ ਮੇਰਾ ਪੁੱਤ ਨੈਸ਼ਨਲ ਜਿੱਤ ਜੂਗਾ। ਸੋ ਜਦੋਂ ਇਹ ਜਿੱਤ ਗਿਆ ਉਹਨਾਂ ਦੇ ਚਿਹਰੇ 'ਤੇ ਇੱਕ ਅਲੱਗ ਦੀ ਰੂਹਾਨੀ ਸੀਗੀ ਜਿਹੜੀ ਇਹਦੇ ਵਾਸਤੇ ਸੀਗੀ। ਸੋ
ਉਹ ਦੂਜੀ ਗੱਲ ਕਰਦੇ ਇਹਨਾਂ ਦੀ ਮਾਂ ਦੀ, ਕਹਿੰਦੇ ਜਦੋਂ ਪਾਪਾ ਅਤੇ ਮਾਂ ਮੰਮੀ ਦੋਨੋਂ ਜਣੇ ਇਹਦੀ ਮੁੰਡੇ ਦੀ ਸਪੋਰਟ ਲਈ ਸੀਗੇ, ਫਿਰ ਜਦੋਂ ਕਹਿੰਦੇ ਨੇ ਪਹਿਲਾ ਗੁਰੂ ਤਾਂ ਮਾਂ ਹੀ ਹੈ, ਜਦੋਂ ਮਾਂ ਨੇ ਇਸਨੂੰ ਇਹੋ ਜਿਹੀ ਮਤਲਬ ਦੇ ਦਿੱਤੀ ਟ੍ਰੇਨਿੰਗ ਕਿ ਇਹ ਬੱਚਾ ਨੈਸ਼ਨਲ ਲੈਵਲ 'ਤੇ ਅੱਗੇ ਆ ਗਿਆ। ਸੋ ਅਸੀਂ ਤਾਂ ਸਿਰਫ ਇਹਨੂੰ ਇੱਕ ਧੱਕਾ ਦੇਣ ਵਾਲੇ ਹਾਂ ਵੀ ਅੱਗੇ ਇਹਨੂੰ ਲਾਤਾ 'ਤੇ ਜਾ ਰਿਹਾ। ਸੋ ਇਹਦੀ ਆਪਣੀ ਖੁਦ ਦੀ ਮਿਹਨਤ, ਆਪਣੇ ਪੱਧਰ 'ਤੇ ਇਹਨੇ ਜਿਹੜਾ ਕੰਮ ਕੀਤਾ, ਸੋ ਇਹ ਮਿਸਾਲ ਇਹਨੇ ਪੂਰੇ ਸਕੂਲ ਦੇ ਵਿੱਚ ਕੀ, ਪੂਰੇ ਬਠਿੰਡੇ ਵਿੱਚ ਕੀ, ਪੂਰੇ ਪੰਜਾਬ 'ਚ ਨਹੀਂ ਨੈਸ਼ਨਲ ਲੈਵਲ ਦੇ ਉੱਤੇ ਮਿਸਾਲ ਕਾਇਮ ਕੀਤੀ ਹੈ। ਸੋ ਮੈਂ ਇਹਨਾਂ ਦੇ ਪਰਿਵਾਰ ਦਾ, ਤੁਹਾਡਾ, ਕਮਲ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੀ ਹਾਂ ਕਿ ਤੁਸੀਂ ਉਸਨੂੰ ਉਹਦਾ ਬਣਦਾ ਮਾਣ ਜਿਹੜਾ ਦਿਵਾਇਆ। ਸੋ ਅਸੀਂ ਇਹੋ ਜਿਹੇ ਬੱਚੇ ਲਈ ਦਿਨ ਰਾਤ ਜਿਹੜੀਆਂ ਮਤਲਬ ਕਰਾਂਗੇ ਅਰਦਾਸ ਤਾਂ ਕਿ ਅੱਗੇ ਤੋਂ ਵੀ ਇਹਨੂੰ ਇੱਕ ਮੁਕਾਮ 'ਚ ਮਿਲੇ। ਸੋ ਗੱਲ ਕਰ ਰਹੇ ਹਾਂ ਕਮਲਪ੍ਰੀਤ ਦੀ ਮਾਤਾ, ਉਹਨਾਂ ਨੂੰ ਆਪਣੇ ਬੱਚੇ ਦੇ ਕਿੰਨਾ ਮਾਣ ਹੋ ਰਿਹਾ ਜਿਨ੍ਹਾਂ ਨੇ ਉਹਨਾਂ ਨੂੰ ਐਡਾ ਮਾਣ ਦਿੱਤਾ, ਉਹਨਾਂ ਨੇ ਉਹਨਾਂ ਦੇ ਘਰ ਦਾ ਵੀ ਨਹੀਂ, ਆਪਣੇ ਪਿੰਡ ਦਾ ਹੀ ਨਹੀਂ, ਆਪਣੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਨੈਸ਼ਨਲ ਪੱਧਰ 'ਤੇ। ਸੋ ਕੀ ਕਹਿਣਾ ਚਾਹੋਗੇ ਜੀ ਕਮਲਪ੍ਰੀਤ ਬਾਰੇ? ਜੀ ਸਾਨੂੰ ਬਹੁਤ ਖੁਸ਼ੀ ਹੋਈ ਹੈ, ਇਹਨੇ ਸਾਨੂੰ ਐਡਾ ਖੁਸ਼ੀ ਦਾ ਮੌਕਾ ਦਿੱਤਾ। ਬਾਕੀ ਜੀ ਮੈਂ ਕਹਿਣਾ ਚਾਹੁੰਦੀ ਹਾਂ ਵੀ ਇਹ ਸਾਡੇ ਰਣਜੀਤ ਸਰ ਅਤੇ ਅਨੀਤਾ ਮੈਡਮ ਦਾ ਬਹੁਤ ਹੱਥ ਹੈ ਇਹਦੇ ਮਗਰ, ਇਹਨਾਂ ਨੇ ਬਹੁਤ ਸਪੋਰਟ ਕਰੀ ਹੈ। ਪਹਿਲਾਂ ਤੋਂ ਬੱਚਾ ਇਸ ਗੇਮਾਂ ਵਾਲੇ ਪਾਸੇ ਸੀਗਾ ਪਹਿਲਾਂ ਸ਼ੁਰੂ 'ਚ, ਜਿਵੇਂ ਤੁਸੀਂ ਬਚਪਨ ਤੋਂ ਲੱਗਦਾ ਹੁੰਦਾ ਬੱਚੇ ਦਾ? ਹਾਂਜੀ ਹਾਂਜੀ ਹਾਂਜੀ, ਇਹ ਪਹਿਲਾਂ ਗੁਰੂ ਗੋਬਿੰਦ ਸਿੰਘ ਤੋਂ ਹੀ ਚਲਿਆ ਜੀ, ਗੁਰੂ ਗੋਬਿੰਦ ਸਿੰਘ ਸਕੂਲ ਤੋਂ ਉਹ ਕੋਚ ਸੀਗੇ ਅਤੇ ਗੁਰਮੀਤ ਸਿੰਘ, ਉਹਨਾਂ ਨੇ ਇਸ ਲੈਵਲ ਤੱਕ ਪਹੁੰਚਾਇਆ ਜੀ, ਉਹਨਾਂ ਦੇ ਹੱਥ ਹੈ ਹੁਣ ਤੱਕ। ਦੇਖੋ ਜੀ ਸਾਨੂੰ ਸਾਡੇ ਪਿੰਡ ਬੱਲੂਆਣਾ ਨੂੰ ਇਸ ਗੱਲ ਦੀ ਬਹੁਤ ਖੁਸ਼ੀ ਆ ਵੀ ਸਾਡੇ ਇੱਕ ਹੋਣਹਾਰ ਸਾਡੇ ਸਕੂਲ ਦਾ ਵਿਦਿਆਰਥੀ ਕਾਕਾ ਕਮਲਪ੍ਰੀਤ ਸਧਾਣਾ, ਜਿਹਦੇ ਫਾਦਰ ਸਾਹਿਬ ਵੀ ਲਗਭਗ ਪਿਛਲੇ 30 ਸਾਲਾਂ ਤੋਂ ਮਤਲਬ ਖੇਡਾਂ ਨਾਲ ਜੁੜੇ ਆ, ਉਹ ਆਏ ਵਾਰ ਆਪ ਵੀ ਆਪਣਾ ਕਲੱਬ ਵੱਲੋਂ ਖੇਡਾਂ ਕਰਾਉਂਦੇ ਆ, ਉਹਨਾਂ ਦਾ ਬੇਟਾ 2 ਤਗਮੇ, 1 ਗੋਲਡ ਮੈਡਲ ਅਤੇ 1 ਸਿਲਵਰ ਮੈਡਲ ਡੇਹਰਾਦੂਨ ਤੋਂ ਸਾਡੇ ਪਿੰਡ ਲਈ ਜਿੱਤ ਕੇ ਆਏ ਆ। ਸਾਡੇ ਸਮੁੱਚੇ ਪਿੰਡ ਨੂੰ ਇਸ ਗੱਲ ਦੀ ਬੜੀ ਖੁਸ਼ੀ ਆ, ਅਸੀਂ ਸਮੁੱਚੇ ਸਾਡੇ ਸਰਕਾਰੀ ਸੈਕੰਡਰੀ ਸਕੂਲ ਦੇ ਸਾਰੇ ਸਟਾਫ ਨੂੰ, ਮਿਹਨਤੀ ਸਟਾਫ ਨੂੰ ਵੀ ਇਸ ਗੱਲ ਦੀ ਵਧਾਈ ਦਿੰਦੇ ਹਾਂ ਜਿਨ੍ਹਾਂ ਨੇ ਮਤਲਬ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੱਲ ਵੀ ਬੱਚਿਆਂ ਦੀ ਰੁਚੀ ਵਧਾਈ। ਇਹ ਸਨ ਹਰਜੀਤ ਸਿੰਘ ਜੀ ਜੀਤੀ। ਸੋ ਪਿੰਡ 'ਚ ਬਹੁਤ ਖੁਸ਼ੀ ਵਾਲਾ ਮਾਹੌਲ ਆ ਕਿਉਂਕਿ ਪਿੰਡ ਦਾ ਇੱਕ ਹੋਣਹਾਰ ਨੌਜਵਾਨ ਨੇ, ਇੱਕ ਵਿਦਿਆਰਥੀ ਨੇ ਇਸ ਸਕੂਲ ਦੇ ਨੇ ਪਿੰਡ ਦਾ ਅਤੇ ਆਪਣੇ ਪੰਜਾਬ ਦਾ ਹੀ ਨਾਂ ਨੈਸ਼ਨਲ ਪੱਧਰ 'ਤੇ ਰੋਸ਼ਨ ਕੀਤਾ। ਸੋ ਇਹ ਵੱਖ ਵੱਖ ਜਿਹੜੇ ਪਿੰਡ 'ਚ ਕੋਈ ਪੰਚਾਇਤ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ ਜਾਂ ਪਰਿਵਾਰ ਵੱਲੋਂ ਅਤੇ ਅਧਿਆਪਕ ਸਾਹਿਬਾਨ ਵੱਲੋਂ ਅਸੀਂ ਗੱਲਬਾਤ ਕੀਤੀ ਹੈ, ਸੋ ਸਾਰਿਆਂ ਨੇ ਹੀ ਇਸ ਗੱਲ ਦੀ ਖੁਸ਼ੀ ਮਹਿਸੂਸ ਕੀਤੀ ਹੈ ਜਿਨ੍ਹਾਂ ਨੇ ਬੱਚਾ ਇੱਕ ਸਧਾਰਨ ਪਰਿਵਾਰ 'ਚੋਂ ਉੱਠ ਕੇ ਬੱਚੇ ਨੇ ਇੱਕ ਐਡੀਆਂ ਵੱਡੀਆਂ ਮੱਲਾਂ ਮਾਰੀਆਂ। ਸੋ ਅਸੀਂ ਵੀ ਇਸ ਪਰਿਵਾਰ ਨੂੰ ਆਪਣੇ ਚੈਨਲ ਜ਼ਰੀਏ ਵਧਾਈ ਦਿੰਦੇ ਹਾਂ ਜੀ, ਧੰਨਵਾਦ।